पिछले दो महीनों तो लगातार पंजाब दे पुत पंजाब दे किसान जिहड़े ने दिल्ली दे उत्ते दिल्ली दीआं बरूहां दे आण के जिहड़े आ बैठे हुए ने। जे गल करिए 26 तरीक नेड़े आ 26 जनवरी वड्डा दिन मिथिया गया दिल्ली जाण दे लई, तां उस तों पहलां पंजाब दे वख वख जिहड़े वर्गां दे लोक ने जो पहले दिन तो दिल्ली मोर्चे दे विच डटे हुए ने, किसानी मोर्चे दे विच डटे हुए ने, उहनां दे उत्ते नैशनल इंटैलीजेंस एजेंसी जिहड़ी आ नैशनल इन्वेस्टिगेशन एजेंसी वालों जिहड़ा आ युआपा लाया जा रहा जां नोटिस उहनां नूं भेजे जा रहे ने। मेरे नाल श्री अकाल तख्त साहिब दे साबका जथेदार सरदार जसबीर सिंह रोडे जी मौजूद ने। खालसा जी स्वागत है जी, वाहिगुरू जी का खालसा वाहिगुरू जी की फतेह। धन्यवाद जी। ਤਾਂ ਸਿੰਘ ਸਾਹਿਬ ਜਿੱਦਾਂ ਕਿ ਦੇਖਿਆ ਆਪਾਂ ਪਿਛਲੇ ਦਿਨੀ ਰਾਤ ਇੱਕ ਖਬਰ ਆਈ ਸੀਗੀ ਕਿ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਉਹਨਾਂ 'ਤੇ ਯੁਆਪਾ ਲਾਇਆ ਗਿਆ। ਅੱਜ ਦੀਪ ਸਿੱਧੂ ਨੂੰ ਵੀ ਨੋਟਿਸ ਆ ਗਿਆ, ਤੁਹਾਨੂੰ ਵੀ ਨੋਟਿਸ ਆ ਗਿਆ, ਜਸਬੀਰ ਸਿੰਘ ਆ ਮੁੰਡਾ ਕੇ ਟੀ ਵੀ ਤੋਂ ਪੱਤਰਕਾਰ ਉਹਨਾਂ ਨੂੰ ਵੀ ਨੋਟਿਸ ਆ ਗਿਆ, ਬਲਤੇਜ ਪੰਨੂ ਜੀ ਉਹਨਾਂ ਨੂੰ ਨੋਟਿਸ ਆ ਗਿਆ, ਟਰਾਂਸਪੋਰਟੀਏ ਜਿਹੜੇ ਬੱਸਾਂ ਭੇਜ ਰਹੇ ਨੇ ਇੱਥੇ ਸੇਵਾਵਾਂ ਕਰ ਰਹੇ ਨੇ, ਸੰਗਤ ਜਿਹੜੀ ਆ ਰਹੀ ਆ ਇੱਥੇ ਦਿੱਲੀ ਮੋਰਚੇ ਦੇ ਵਿੱਚ, ਉਹਨਾਂ ਟਰਾਂਸਪੋਰਟੀਆਂ 'ਤੇ ਵੀ ਜਿਹੜਾ ਆ ਪਰਚੇ ਪਾਏ ਜਾ ਰਹੇ ਨੇ, ਨੋਟਿਸ ਭੇਜੇ ਜਾ ਰਹੇ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ। ਤੁਹਾਡੇ 'ਤੇ ਵੀ ਯੁਆਪਾ ਲੱਗਿਆ, ਕੀ ਲੱਗਦਾ ਕਿਉਂ ਅਜਿਹਾ ਕੀਤਾ ਜਾ ਰਿਹਾ? ਸਾਰੇ ਦਰਸ਼ਕਾਂ ਨੂੰ ਦਸ ਨਿਮਰਤਾ ਸਹਿਤ ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਉਂ ਲੱਗਦਾ ਹੈ ਕਿ ਜਿਵੇਂ ਕਿਸਾਨ ਜਥੇਬੰਦੀਆਂ ਨੇ ਜਿਹੜਾ ਸੰਘਰਸ਼ ਜਿਸ ਢੰਗ ਦੇ ਨਾਲ ਰੰਭਿਆ, ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਹਿਸਾਬ ਦੇ ਨਾਲ ਸਫਲਤਾ ਬਖਸ਼ੀ ਹੈ, ਭਾਰਤ ਭਰ ਦੇ ਵਾਸੀਆਂ ਨੇ ਜਿਵੇਂ ਇਹਨੂੰ ਸਹਿਯੋਗ ਦਿੱਤਾ ਹੈ, ਉਹਦੇ ਤੋਂ ਭਾਰਤ ਸਰਕਾਰ ਘਬਰਾਈ ਹੋਈ ਹੈ। ਤਰ੍ਹਾਂ ਤਰ੍ਹਾਂ ਦੇ ਪਹਿਲਾਂ ਇਹਨਾਂ ਨੇ ਕਈ ਤਰ੍ਹਾਂ ਦੇ ਬਲੇਮ ਲਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਅੰਦੋਲਨ ਕਿਸਾਨਾਂ ਦਾ ਨਹੀਂ, ਇਹ ਖਾਲਿਸਤਾਨੀਆਂ ਦਾ ਹੈ, ਇਹ ਅੰਦੋਲਨ ਆਪੋਜੀਸ਼ਨ ਪਾਰਟੀਆਂ ਦਾ ਹੈ, ਇਹ ਕਾਂਗਰਸ ਦਾ, ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਬਲੇਮ ਲਾਏ। ਪਰ ਹਰਿਆਣੇ ਦੇ ਕੁਝ ਲੋਕਾਂ ਨੇ, ਨੌਜਵਾਨਾਂ ਨੇ, ਕੋਈ ਯੂਪੀ ਦੇ ਬੰਦਿਆਂ ਨੇ, ਜਦੋਂ ਇਹ ਸਾਰੀ ਸਥਿਤੀ ਵੇਖੀ ਕਿ ਇਹ ਤੇ ਬਿਲਕੁਲ ਨਰੋਗਲਾ ਦੀਆਂ ਹੱਕੀ ਮੰਗਾਂ ਮੰਨਣ ਵਾਸਤੇ ਡਟੇ ਹੋਏ ਕਿਸਾਨ ਹੈ, ਕਿਉਂ ਉਹਨਾਂ 'ਤੇ ਇਹੋ ਜਿਹੇ ਬਲੇਮ ਲਾਏ ਜਾ ਰਹੇ ਆ? ਪਰ ਉਹਨਾਂ ਨੇ ਆਪਣੇ ਵੱਲੋਂ ਫਿਰ ਕਿਹਾ ਵੀ ਜੇ ਆਹ ਲੋਕ ਜਿਹੜੇ ਸੜਕਾਂ 'ਤੇ ਪਏ ਆ, ਬਜ਼ੁਰਗ ਮਾਤਾਵਾਂ ਪਈਆਂ ਹੋਰ ਪਏ ਨੇ, ਜੇ ਤੁਸੀਂ ਇਹਨਾਂ ਨੂੰ ਕਹਿੰਦੇ ਆ ਕਿ ਇਹ ਖਾਲਿਸਤਾਨੀ ਹੈ, ਫਿਰ ਅਸੀਂ ਹਿੰਦੂ ਖਾਲਿਸਤਾਨੀ ਹਾਂ। ਜਦੋਂ ਇਸ ਤਰ੍ਹਾਂ ਦੇ ਕੁਝ ਬੰਦਿਆਂ ਨੇ ਇੰਟਰਵਿਊ ਦਿੱਤੀਆਂ ਤਾਂ ਫਿਰ ਇਹ ਚੁੱਪ ਹੋਏ। ਵੈਸੇ ਇਹ ਭਾਰਤ ਦਾ ਇੱਕ ਟ੍ਰੈਂਡ ਹੈ, ਹਿੰਦੁਸਤਾਨ ਹਿੰਦ ਸਰਕਾਰ ਦਾ ਟ੍ਰੈਂਡ ਹੈ, ਜੇ ਕੋਈ ਅਸਾਮ ਦੇ ਵਿੱਚੋਂ ਕੋਈ ਆਵਾਜ਼ ਹੱਕ ਦੀ ਚੁੱਕਦਾ ਉਹਨੂੰ ਨਕਸਲਾਈਟ ਕਹਿ ਦਿੱਤਾ ਜਾਂਦਾ, ਪੰਜਾਬ ਵਿੱਚੋਂ ਚੱਕੇ ਤਾਂ ਉਹਨੂੰ ਖਾਲਿਸਤਾਨੀ, ਜੇ ਕਸ਼ਮੀਰ ਤੋਂ ਚੱਕੇ ਤਾਂ ਉਹਨੂੰ ISI ਦਾ ਏਜੰਟ ਕਿਹਾ ਜਾਂਦਾ। ਇਸ ਤਰ੍ਹਾਂ ਦੇ ਘੜੇ ਥੋਪੇ ਸਾਰੇ ਬਲੇਮ ਲਾ ਦਿੱਤੇ ਜਾਂਦੇ ਆ, ਪਰ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਇਹ ਸਾਰੇ ਤਰ੍ਹਾਂ ਨਾਲ ਫੇਲ ਹੋ ਗਏ। ਹੁਣ ਇਹਨਾਂ ਨੇ ਇੱਕ ਇਸ ਗੱਲ ਨੂੰ ਜਦੋਂ ਸੁਪਰੀਮ ਕੋਰਟ ਨੇ ਝਾੜ ਪਾਈ ਵੀ ਇਹ ਤਾਂ ਇੱਕ ਸ਼ਾਂਤਮਈ ਅੰਦੋਲਨ ਹੈ, ਉਹਨਾਂ ਦਾ ਰਾਈਟ ਹੈ, ਉਹ ਕਰ ਸਕਦੇ ਆ, ਇਹ ਤੁਸੀਂ ਕਿਵੇਂ ਕਹਿੰਦੇ ਆ ਵੀ ਇਹਦੇ ਪਿਛੋਕੜ 'ਤੇ ਖਾਲਿਸਤਾਨ ਖੜਾ ਹੈ, ਖਾਲਿਸਤਾਨ ਦੇ ਹਮਾਇਤੀ ਖੜੇ ਆ, ਖਾਲਿਸਤਾਨੀ ਹਮਾਇਤੀ ਜਿਹੜੇ ਆ ਉਹ ਇਹਨਾਂ ਦੀ ਸਪੋਰਟ ਕਰ ਰਹੇ, ਇਹਦਾ ਕੀ ਤੁਹਾਡੇ ਕੋਲ ਪੁਖਤੇ ਸਬੂਤ ਕੀ ਨੇ? ਉਹ ਸਬੂਤ ਪੇਸ਼ ਕਰਨ ਵਾਸਤੇ ਇਹਨਾਂ ਨੇ ਕੱਲ੍ਹ ਤੋਂ ਇੱਕ ਇਹੋ ਜਿਹੀ ਮਨਘੜਤ ਜੀ ਇੱਕ ਕਲਪਨਾ ਬਣਾ ਲਈ ਵੀ ਕੁਝ ਲੋਕਾਂ 'ਤੇ ਕੇਸ ਬਣਾ ਦਿਓ। ਮੈਨੂੰ ਲੱਗਦਾ ਵੀ ਇਹ ਹੋਰ ਘਿਰ ਗਏ ਆ ਹੁਣ, ਕਿਉਂਕਿ ਮੈਨੂੰ ਅੱਜ ਹੀ ਕਾਰ ਸੇਵਾ ਵਾਲੇ ਮਹਾਂਪੁਰਖ ਮਿਲੇ, ਉਹਨਾਂ 'ਤੇ ਵੀ ਇਹ ਉਹਨਾਂ ਨੂੰ ਨੋਟਿਸ ਆਇਆ, ਉਹ ਮੇਰੇ ਕੋਲ ਆਏ, ਮੈਨੂੰ ਕਹਿੰਦੇ, ਮੈਂ ਕਿਹਾ ਮੇਰੇ ਕੋਲ ਤਾਂ ਆਲਰੇਡੀ ਪਹਿਲਾਂ ਹੀ ਆਇਆ ਹੋਇਆ, ਮੈਂ ਕੋਈ ਘਬਰਾਉਣ ਦੀ ਲੋੜ ਨਹੀਂ, ਕੋਈ ਗੱਲ ਨਹੀਂ, ਸਰਕਾਰ ਜੇ ਚਾਹੁੰਦੀ ਹੈ ਵੀ 100-200 ਬੰਦਿਆਂ ਨੂੰ ਅੰਦਰ ਕਰਕੇ ਉਹਨਾਂ ਨੂੰ ਕੋਈ ਉਹਨਾਂ 'ਤੇ ਕੇਸ ਪਾ ਕੇ ਡਰਾ ਕੇ ਅਸੀਂ ਕੋਈ ਨਾ ਕੋਈ ਇਹਦੇ ਹੱਲ ਕੱਢ ਲਵਾਂਗੇ, ਇਹ ਉਹਨਾਂ ਦੀ ਮਨਘੜਤ ਕਲਪਨਾ ਝੂਠੀ ਹੈ, ਗਲਤ ਹੈ। ਕਿਉਂਕਿ ਅਸਲੀਅਤ ਵੱਲ ਧਿਆਨ, ਮੈਂ ਪਹਿਲਾਂ ਵੀ ਕਈ ਵਾਰੀ ਸਟੇਜ 'ਤੇ ਬੋਲਦਿਆਂ ਵੀ ਇੰਟਰਵਿਊ ਦਿੰਦਿਆਂ ਵੀ ਕਿਹਾ ਕਿ ਗਰਾਊਂਡ ਰਿਐਲਿਟੀ ਨੂੰ ਸਮਝਣਾ ਚਾਹੀਦਾ ਕਿ ਸਥਿਤੀ ਕੀ ਆ। ਲੋਕ ਸ਼ਾਂਤਮਈ ਬੈਠੇ ਨੇ, ਕਿਸਾਨ ਬੈਠੇ ਨੇ, ਕਿਸਾਨਾਂ ਦੇ ਹਮਾਇਤੀ ਬੈਠੇ ਨੇ, ਕਿਉਂਕਿ ਕਿਸਾਨ ਨੂੰ ਇੱਕ ਪਾਸੇ ਅੰਨਦਾਤਾ ਕਿਹਾ ਜਾਂਦਾ ਅਤੇ ਪ੍ਰਸ਼ਾਦਾ ਤਾਂ ਸਭ ਨੇ ਸਕਣਾ, ਭਾਵੇਂ ਉਹ ਵਪਾਰੀ ਹੈ, ਮਜ਼ਦੂਰ ਹੈ, ਮੁਲਾਜ਼ਮ ਹੈ, ਇਸ ਕਰਕੇ ਉਹ ਇਸ ਪੱਖ ਨੂੰ ਸਮਝਦੇ ਹੋਏ ਸਾਰੇ ਹੀ ਇਹਨਾਂ ਨੂੰ ਸਪੋਰਟ ਦੇ ਰਹੇ ਨੇ। ਅਤੇ ਅਸੀਂ ਇੱਥੇ ਵਿਸ਼ੇਸ਼ ਤੌਰ 'ਤੇ 2 ਦਸੰਬਰ ਤੋਂ ਮੈਡੀਕਲ ਕੈਂਪ ਪਹਿਲਾਂ ਲਾਇਆ ਸੀ, ਫਿਰ ਨਾਲ ਹੀ ਲੰਗਰ ਲਾਇਆ, ਫਿਰ ਨਾਲ ਰਹਿਣ ਵਸੇਬੇ ਦਾ ਵੀ ਪ੍ਰਬੰਧ ਕੀਤਾ, ਅਤੇ ਕਿਸੇ ਵਿਸ਼ੇਸ਼ ਦਿਨ 'ਤੇ ਕੋਈ ਗੁਰਪੁਰਬ ਆਉਂਦਾ, ਸ਼ਹੀਦੀ ਦਿਹਾੜੇ ਆਏ ਸਾਹਿਬਜ਼ਾਦਿਆਂ ਦੇ, ਉਹਨਾਂ ਦਿਨਾਂ 'ਚ ਮੈਂ ਸਟੇਜ 'ਤੇ ਵੀ ਬੋਲਿਆ ਜਾ ਕੇ। ਤਾਂ ਸਿੰਘ ਸਾਹਿਬ ਜੇ ਗੱਲ ਕਰੀਏ ਤਾਂ 18 ਤਰੀਕ ਜਿਹੜੀ ਆ ਰੱਖੀ ਗਈ ਹੈ NIA ਵੱਲੋਂ, ਤਾਂ 18 ਤਰੀਕ ਨੂੰ ਕਹਿ ਰਹੇ ਨੇ ਵੀ 10 ਵਜੇ ਪੇਛੀ 'ਤੇ ਆਓ, ਜੇ ਨਹੀਂ ਆਉਂਦੇ ਤਾਂ ਜਿਹੜਾ ਆ ਇਹਨਾਂ ਧਾਰਾਵਾਂ ਜਿਹੜੀਆਂ ਯੁਆਪਾ ਲਾਇਆ ਗਿਆ, ਹੋਰ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ, ਇੱਕ ਵੱਡੀਆਂ ਧਾਰਾਵਾਂ ਜਿਹੜੀਆਂ ਦੇਸ਼ ਧਰੋਹੀ 'ਤੇ ਲੱਗਦੀਆਂ ਉਹ ਧਾਰਾਵਾਂ ਲਾਈਆਂ ਗਈਆਂ ਨੇ, ਲੱਗਦਾ ਕਿਤੇ ਨਾ ਕਿਤੇ ਜਿੱਦਾਂ ਪਰਿਵਾਰਕ ਪਿਛੋਕੜ ਦੀ ਗੱਲ ਕਰ ਲਈਏ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਹੋਰਾਂ ਨਾਲ ਜੁੜਿਆ ਹੋਇਆ, ਉਹ ਚੀਜ਼ਾਂ ਨੂੰ ਚੱਕਿਆ ਜਾ ਰਿਹਾ ਅੱਜ ਦੇ ਟਾਈਮ, ਲੱਗਦਾ ਵੀ ਉਸ ਚੀਜ਼ ਨੂੰ ਮੁੱਖ ਰੱਖਦਿਆਂ ਇਹ ਸਾਰੀਆਂ ਜਿਹੜੀਆਂ ਧਾਰਾਵਾਂ ਲਾਈਆਂ ਗਈਆਂ ਨੇ।
देखो एक तो इन्होंने जो मैंने नोटिस भेजे उ लिखा भी ये रेगुलर केस है यदी जी एफ आई आर इन सी आर कहते हैं कहते भी ये 40 नंबर है मैनू पहला कदे कोई नोटिस नहीं आया मैनू पहला कदे पता नहीं बारे की है की नहीं है कुछ महीने पहला पंजाब सरकार ने पंजाब दे होम मिनिस्टर ने मैनू एक लैटर दिता मैनू पासपोर्ट दे संबंध चाहिए सी वैसे बाद च पंजाब दी इंटेलीजेंसी ने काउंटर इंटेलीजेंसी ने मैनू क्लीन चिट दिती है भी इहदे ते कोई केस नहीं गा इहनू अगर पासपोर्ट देता जांदा ते स्टेट नूं इहदे तों कोई खतरा नहीं इहनू पासपोर्ट दे देना चाहिए मेरे दसण दा भाव है भी एक पासे तां स्टेट कुछ दिन पहला मैनू क्लीन चिट दे रही है ते की उह भारत सरकार नूं भारत दी एड्डी वड्डी एजेंसी नूं इन्वेस्टिगेशन वाले नूं पता ही नहीं लगा भी इहनू क्लीन चिट दे रहे असीं ये एक जिहड़ा किसानां वल्लों 26 जनवरी का प्रोग्राम दिता होया ये कॉल दिती हुई है भी आपां ट्रैक्टर लैके चलना है उहदे विच जिहड़े लोग समर्थ विच बोलदे ने जां जिन्हां दा कोई आधार है जो जे 200-400 हज़ार 2000 ट्रैक्टर लिया सकदे ने प्रेर सकदे ने उहनां नूं एक मैं समझदा भी एक इहनां ने ड्राउन दा ढंग फड़िया इसे वास्ते 18 तरीक दिती है भी 18 तरीक नूं आओ मैं कहिंदा भी एड्डी वड्डी एजेंसी नूं वरत के छोटे हथ कंडे एड्डियां छोटियां होछियां गल्लां कर रहीआं एड्डी वड्डी सरकार वास्ते शोभा नहीं दिंदीआं ਤਾਂ ਜੇ ਗੱਲ ਕਰੀਏ ਤਾਂ ਸਾਰਿਆਂ ਨੂੰ 18 ਨੂੰ ਜ਼ਿਆਦਾਤਰ ਬੁਲਾਇਆ ਗਿਆ ਜੇ ਗੱਲ ਕਰੀਏ ਪੰਨੂ ਸਾਹਿਬ ਦੀ ਗੱਲ ਕਰ ਲਈਏ ਜਾਂ ਦੀਪ ਸਿੱਧੂ ਦੀ ਗੱਲ ਕਰੀਏ ਸਾਰਿਆਂ ਨੂੰ ਹੀ ਜਿਹੜਾ ਆ ਮੈਂ ਦੇਖਿਆ 18 ਜਾਂ 19 ਤਰੀਕ ਨੂੰ ਹੀ ਬੁਲਾਇਆ ਗਿਆ ਕਿਤੇ ਨਾ ਕਿਤੇ ਜਿਹੜਾ ਕੇਸ ਜੇ ਗੱਲ ਕਰ ਲਈਏ ਜਿੰਨਾ ਕੁ ਸਾਨੂੰ ਪਤਾ ਅਸੀਂ ਦੇਖਿਆ ਸਾਨੂੰ ਸੂਤਰਾਂ ਤੋਂ ਜਿੰਨਾ ਕੁ ਪਤਾ ਲੱਗਿਆ ਕਿ ਜਿਹੜਾ SFJ ਜਿਹੜਾ ਸਿੱਖ ਫੋਰ ਜਸਟਿਸ ਦਾ ਜਿਹੜਾ ਹੈਗਾ ਮੈਟਰ ਰੈਫਰੈਂਡਮ 2020 ਨਾਲ ਇਹਨਾਂ ਸਾਰਿਆਂ ਨੂੰ ਜਿਹੜਾ ਆ ਜੋੜਿਆ ਜਾ ਰਿਹਾ ਤੁਹਾਨੂੰ ਕੀ ਲੱਗਦਾ ਮੇਰੇ ਵੀ ਵਕੀਲ ਨੇ ਇਹੀ ਦੱਸਿਆ ਕਿ ਇਹ ਜਿਹੜਾ ਕੇਸ CR 40 ਹੈ ਇਹ ਪਤਵੰਤ ਸਿੰਘ ਪੰਨੂ ਦੇ ਉੱਪਰ ਜਿਹੜਾ ਕੇਸ ਧਾਰਾ ਲਾਈ ਗਈ ਹੈ ਉਹਦੀ FIR ਦਾ ਨੰਬਰ ਹੈ ਉਹਦੇ ਵਿੱਚ ਹੀ ਸਾਰੇ ਐਡ ਕੀਤੇ ਗਏ ਨੇ ਤੇ ਮੈਂ ਤਾਂ ਇਹ ਵੀ ਸਮਝਦਾ ਹਾਂ ਕਿ ਇੱਕ ਸੋਚੀ ਸਮਝੀ ਸਕੀਮ ਦੇ ਨਾਲ ਉਸ ਗੱਲ ਨੂੰ ਇਹ ਉਭਾਰਨਾ ਚਾਹੁੰਦੇ ਆ ਇਹ ਇਸ ਕਰਕੇ ਨਹੀਂ ਕਿ ਇਹ ਕੋਈ ਪੰਨੂ ਦੀ ਹਿਮਾਇਤ ਕਰ ਰਹੇ ਨੇ ਇਸ ਕਰਕੇ ਕਿ ਅਸੀਂ ਇਸ ਗੱਲ ਨੂੰ ਕਿਸਾਨ ਸੰਘਰਸ਼ ਦੇ ਨਾਲ ਜੋੜ ਕੇ ਇਹਨੂੰ ਫੇਲ ਕਰ ਸਕੀਏ ਤੇ ਸੁਪਰੀਮ ਕੋਰਟ ਨੂੰ ਦੱਸ ਸਕੀਏ ਕਿ ਪੰਨੂ ਵਰਗੇ ਬੰਦੇ ਜਿਹੜੇ 2020 ਤੇ ਮੈਫਰੈਂਡਮ ਕਰਨਾ ਚਾਹੁੰਦੇ ਸੀ ਖਾਲਿਸਤਾਨ ਦਾ ਉਹ ਬੰਦੇ ਦੇ ਹਮਾਇਤੀ ਉਹ ਬੰਦਿਆਂ ਦੇ ਸਪੋਰਟਰ ਉਹਨਾਂ ਦੇ ਸੰਪਰਕ 'ਚ ਰਹਿਣ ਵਾਲੇ ਉਸ ਸਰਕਲ ਦੇ ਵਿੱਚੋਂ ਇਹ ਬੰਦੇ ਆ ਜਿਹੜੇ ਇਹ ਕੁਝ ਕਰਨਾ ਚਾਹੁੰਦੇ ਆ ਇਹ ਗਵਰਨਮੈਂਟ ਜਾਣ ਬੁੱਝ ਕੇ ਉਹ ਪਤਵੰਤ ਸਿੰਘ ਪੰਨੂ ਦੇ ਉਸ ਕੇਸ ਨੂੰ ਚੱਕ ਕੇ ਉਭਾਰ ਕੇ ਸੈਂਕੜੇ ਬੰਦੇ ਉਹਨਾਂ ਜੋੜ ਕੇ ਉਹਨੂੰ ਉਭਾਰਨਾ ਚਾਹੁੰਦੀ ਹੈ ਇਹ ਉਹਦੀ ਚਾਲ ਹੈ ਉਹਦੀ ਸਾਜਿਸ਼ ਹੈ ਕਿ ਜਿਹੜੀ 18 ਤਰੀਕ ਦੇ ਕੇ 26 ਜਨਵਰੀ ਤੋਂ ਪਹਿਲਾਂ ਪਹਿਲਾਂ ਡਰਾ ਕੇ ਧਮਕਾ ਕੇ ਕਿਸੇ ਵੀ ਢੰਗ ਨਾਲ ਇਹਨਾਂ ਨੂੰ ਸਮਝਾ ਕੇ ਸਮਝ ਲਓ ਜਿਵੇਂ ਵੀ ਉਹਨਾਂ ਦਾ ਦਾਅ ਲੱਗੇ ਉਹ ਸਾਨੂੰ ਇਸ ਚੀਜ਼ ਤੋਂ ਪਛਾਣ ਕਰਨਾ ਚਾਹੁੰਦੇ ਆ ਭਾਵੇਂ ਬੰਦੇ ਅਰੈਸਟ ਕਰਨੇ ਪੈਣ ਭਾਵੇਂ ਡਰਾਉਣੇ ਪੈਣ ਮੈਨੂੰ ਇਹ ਲੱਗਦਾ ਤਾਂ ਸਿੰਘ ਸਾਹਿਬ ਇੱਕ ਗੱਲ ਹੋਰ ਇੱਥੇ ਦੇਖਣ ਨੂੰ ਮਿਲੀ ਆ ਕਿ ਇੱਕ ਸਮਾਂ ਸੀ ਰਾਤ ਮੇਰੀ ਦੀਪ ਸਿੱਧੂ ਨਾਲ ਗੱਲ ਹੋਈ ਤਾਂ ਕਹਿੰਦੇ ਨਾ ਵੀ ਪਹਿਲਾਂ ਉਹਨਾਂ ਦੇ ਭਰਾ ਤੇ ਯੂ ਆਪਾਂ ਲੱਗਿਆ ਰਾਤ ਤੇ ਅੱਜ ਉਹਨਾਂ ਨੂੰ ਨੋਟਿਸ ਆ ਗਿਆ ਦੀਪ ਸਿੱਧੂ ਨੂੰ ਤੇ ਰਾਤ ਨਾ ਮੇਰੇ ਨਾਲ ਗੱਲ ਕਰ ਰਹੀ ਸੀ ਕਹਿੰਦੇ ਵੀ ਇੱਕ ਸਮਾਂ ਸੀ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਉਸ ਤੋਂ ਬਾਅਦ ਬਲੈਕ ਥੰਡਰ ਹੁੰਦਾ ਤਾਂ ਜਿਹੜੇ ਪਰਿਵਾਰ ਸੀ ਨਾ ਜਿਹੜੇ ਆਪ ਆਗੂ ਸੀ ਉਹਨਾਂ ਦੇ ਪਰਿਵਾਰਾਂ ਨੂੰ ਪਿੱਛੋਂ ਜਿਹੜਾ ਆ ਜਲੀਲ ਕੀਤਾ ਜਾਂਦਾ ਸੀ ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਸੀ ਤਾਂ ਜੋ ਇਹ ਆਗੂ ਪਿੱਛੇ ਹਟ ਜਾਣ ਇੱਦਾਂ ਦਾ ਕੀਤਾ ਜਾਂਦਾ ਸੀ ਜਿੱਦਾਂ ਕਿ ਮਨਦੀਪ ਜਿਹੜੇ ਉਹਨਾਂ ਦੇ ਬ੍ਰਦਰ ਜਿੰਨਾ ਕਿ ਮੈਨੂੰ ਪਤਾ ਉਹ ਇੰਗਲੈਂਡ ਦੇ ਵਿੱਚ ਨੇ ਤਾਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਜਾਂ ਜਿਹੜੇ ਟਰਾਂਸਪੋਰਟੀਏ ਨੇ ਵੀ ਜਿਨ੍ਹਾਂ ਦੀਆਂ ਬੱਸਾਂ ਆ ਰਹੀਆਂ ਜਿੱਦਾਂ ਕਿ ਪਹਿਲਾਂ ਗੱਲ ਕੀਤੀ ਆਪਾਂ ਇੱਕ ਜੇ ਬੱਸ ਸੇਵਾ ਜੇ ਕਿਸੇ ਨੇ ਲਾਤੀ ਤਾਂ ਲੱਗਦਾ ਤੁਹਾਨੂੰ ਉਹਦੇ ਤੇ ਵੀ ਐਡੀ ਵੱਡੀ ਜਿਹੜੀ ਆ ਧਾਰਾ ਲਾ ਦੇਣੀ ਚਾਹੀਦੀ ਆ ਯੁਆਪਾ ਲਾ ਦੇਣਾ ਚਾਹੀਦਾ ਉਹਦੇ ਤੇ ਜਾਂ ਕਹਿ ਲਈਏ ਕਿ ਘੱਟ ਗਿਣਤੀਆਂ ਲਈ ਇਹਨਾਂ ਦੀ ਮਾਨਸਿਕਤਾ ਪਹਿਲਾਂ ਤੋਂ ਹੀ ਇਹ ਰਹੀ ਆ ਲੱਗਦਾ ਅੱਜ ਵੀ ਉਹੀ ਮਾਨਸਿਕਤਾ ਨਹੀਂ ਇਹ ਤੁਸੀਂ ਦੇਖੋ ਕੋਈ ਵੀ ਵਕੀਲ ਦੱਸ ਦੇਵੇ ਕਿ ਕਿਸੇ ਨੇ ਬੱਸ ਸੇਵਾ ਦੇ ਕੇ ਸਵਾਰੀਆਂ ਬਿਠਾਤੀਆਂ ਉਹਦੇ ਵਿੱਚ ਦੇਸ਼ ਧਰੋਈ ਕਿੱਥੋਂ ਆ ਗਈ ਇਹ ਦੇਸ਼ ਧਰੋਈ ਦੀਆਂ ਧਾਰਾਵਾਂ ਲਾ ਕੇ ਡਰਾਉਣ ਦਾ ਟਰਾਂਸਪੋਰਟਰਾਂ ਨੂੰ ਜਾਂ ਹੋਰ ਬੰਦਿਆਂ ਨੂੰ ਇਹ ਡਰਾਉਣ ਦਾ ਇੱਕ ਵਸੀਲਾ ਹੈ ਹੁਣ ਦੀਪ ਸਿੱਧੂ ਜੇ ਗਾ ਦੇਵੇ ਤੇ ਉਹਦੇ 'ਚ ਦੇਸ਼ ਧਰੋਈ ਕਿੱਥੋਂ ਆ ਗਈ ਉਹ ਬੜਾ ਸਪਸ਼ਟ ਬੰਦਾ ਹੈ ਦੀਪ ਸਿੱਧੂ ਜਿਹੜੀਆਂ ਆਪਣੀਆਂ ਗੱਲਾਂ ਕਹਿੰਦਾ ਬੇਬਾਕੀ ਨਾਲ ਕਹਿੰਦਾ ਉਹ ਪਰ ਦੇਸ਼ ਧਰੋਈ ਤਾਂ ਕਿਤੇ ਵੀ ਨਹੀਂ ਦਿਸਦੀ ਉਹਦੇ 'ਚ ਇਹਦੇ ਵਿੱਚ ਜਿਹੜੇ ਜਿੱਡੀ ਵੱਡੀ ਦੇਸ਼ ਧਰੋਈ ਦੇਸ਼ ਦਾ ਖਤਰਾ ਕਿਤੋਂ ਆ ਜੇ ਆਪਾਂ ਨਿਰਪੱਖਤਾ ਨਾਲ ਦੇਖੀਏ ਤਾਂ ਮੈਂ ਸਮਝਦਾ ਅੱਜ ਦੇਸ਼ ਨੂੰ ਖਤਰਾ ਸਭ ਤੋਂ ਵੱਡਾ ਖਤਰਾ ਮੋਦੀ ਤੋਂ ਹੈ ਕਿਉਂਕਿ ਇੱਕ ਪਾਸੇ ਚਾਈਨਾ ਹੈ ਇੱਕ ਪਾਸੇ ਪਾਕਿਸਤਾਨ ਹੈ ਇੱਕ ਪਾਸੇ ਇੰਨਾ ਵੱਡਾ ਰੀੜ ਦੀ ਹੱਡੀ ਜਿਹੜੇ ਕਿਸਾਨ ਹੈ ਭਾਰਤ ਭਰ ਦੇ ਸਾਰੇ ਕਿਸਾਨ ਉਹ ਆਪਣੀ ਹੱਕੀ ਮੰਗ ਰਹੇ ਨੇ ਤੇ ਦੇਸ਼ ਦਾ ਰਾਜਾ ਜਿਹੜਾ ਦੇਸ਼ ਦਾ ਪ੍ਰਾਈਮ ਮਿਨਿਸਟਰ ਹੈ ਉਹ ਇੱਕ ਅੜੀਅਲ ਰਵੱਈਆ ਧਾਰ ਕੇ ਬੈਠਾ ਹੈ ਤੇ ਮੇਰੇ ਵਰਗੇ ਬੰਦਿਆਂ ਧਾਰਮਿਕ ਬੰਦਿਆਂ ਨੂੰ ਜਾਂ ਸੋਸ਼ਲ ਵਰਕਰਾਂ ਨੂੰ ਜਾਂ ਸਮਾਜਿਕ ਵਰਕਰਾਂ ਨੂੰ ਫੜ ਫੜ ਕੇ ਅੰਦਰ ਕਰ ਦੇਣ ਵੀ ਸੰਘਰਸ਼ ਨਾਲ ਟੁੱਟ ਜਾਣਗੇ ਇਹ ਪਿਛਾਂ ਹਟ ਜਾਣਗੇ ਇਸ ਤਰ੍ਹਾਂ ਸੰਘਰਸ਼ ਫੇਲ ਹੋ ਜਾਊਗਾ ਇਹ ਕੋਈ ਤਰੀਕਾ ਨਹੀਂ ਹੈਗਾ ਇਹ ਕੋਈ ਡੈਮੋਕ੍ਰੇਸੀ ਨਹੀਂ ਹੈਗੀ ਬਲਕਿ ਡੈਮੋਕ੍ਰੇਸੀ 'ਤੇ ਬਹੁਤ ਵੱਡਾ ਧੱਬਾ ਹੈ
इस गल नूं समझना चाहिए। असी इस गल नूं स्वीकार करते हैं भी जे मेरे वर्गे बंदे नूं अंदर करके तुहाडे कोल मसला हल हुंदा तां जी आयां नूं करो, मैनूं कोई इतराज़ नहीं, कर लो। एक गल मैं करनी चाहूंगा, प्रोफेसर मनजीत सिंह ना मैं गल कर रहा सीगा, सियासी सलाहकार भी ने हो पंजाब दी, जे मैं गल करां तां सियासत दे उत्ते टिप्पणीकार ने हो, सियासी टिप्पणीकार ने हो, तां जे मैं गल करां तां ओह मेरे नाल गल कर रहे सी, ओह कहिंदे वी पंजाब नूं ना जां स्टेटां नूं फैडरल ढांचे दी लोड़ है। एक फैडरल ढांचा 1973 दे विच मता पाया जांदा आनंदपुर साहब दा, उस तों बाद समुच्चा जिहड़ा श्रोमणी अकाली दल है उस मते दी पैरवाई करदा है, धर्म युद्ध मोर्चा लगदा है, तुसीं नेड़ियों वेख्या उस मोर्चे नूं, तुहाडे परिवार ने नेड़ियों वेख्या उस मोर्चे नूं, उह फैडरल ढांचे दी गल कीती जांदी सी, लगदा वी उह फैडरल ढांचा उह आनंदपुर दा मता उदों मन लिया जांदा, अज इह हालात ना बणदे ते साडियां जिहड़ियां रवायती पार्टियां चाहे श्रोमणी अकाली दल बादल होवे, चाहे कांग्रेस होवे, दरबारा सिंह दी सरकार सी उहनां वेलिआं च, ते चाहे 77 दे विच बादल दी सरकार होवे, उस तों बाद बरनाला दी सरकार आउंदी है, इन्हां दा किन्ना जे कह लईए वी इन्हां दी की भूमिका रही उहनां समें च, ते अज वी लोक इन्हां नूं नकार रहे है, इन्हां दी भूमिका लगदा वी उदों माड़ी रही है, इस करके अज लोक इत्थे बैठे ने वी उह जिहड़ा फैडरल ढांचा आनंदपुर दा मता नहीं मन्निआ गिआ। देखो उदों वी संत बाबा जरनैल सिंह खालसा जी ने आनंदपुर दा मता आप नहीं सी बनाया, इह अकाली दल वल्लों ही इक टीम ने बनाया सीगा, सरदार कपूर सिंह, ਤੇ ਉਹਦੇ ਵਿੱਚੋਂ IAS ਸਰਦਾਰ ਗੁਰਤੇਜ ਸਿੰਘ, ਸਰਦਾਰ ਕਪੂਰ ਸਿੰਘ, ਇਹਨਾਂ ਬੰਦਿਆਂ ਨੂੰ ਸੱਦ ਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਨੇ ਜਿਹੜੇ ਬੁੱਧੀਜੀਵੀ ਸੀ, ਜਿਹੜੇ ਚੰਗੇ ਵਿਦਵਾਨ ਸੀ, ਇਹਨਾਂ ਪੱਖਾਂ ਨੂੰ ਜਾਣਦੇ ਸੀ, ਉਹਨਾਂ ਨੂੰ ਸੱਦ ਕੇ ਪੁੱਛਿਆ ਵੀ ਆਨੰਦਪੁਰ ਦਾ ਮਤਾ ਆਪਣੀ ਆਜ਼ਾਦੀ ਵਾਸਤੇ ਸਾਡੀ ਪੂਰਤੀ ਕਰਦਾ, ਤੇ ਉਹਨਾਂ ਨੇ ਬੜੀ ਦ੍ਰਿੜਤਾ ਨਾਲ ਕਿਹਾ ਕਿ ਆਨੰਦਪੁਰ ਦਾ ਮਤਾ ਬੜੀ ਇੱਕ ਚੰਗਾ ਆਰਟੀਕਲ ਹੈ, ਜੇ ਮਨਾ ਲਿਆ ਜਾਵੇ ਤਾਂ ਇਹਦੇ ਨਾਲ ਲਗਭਗ ਅਸੀਂ ਆਜ਼ਾਦੀ ਦੇ ਨੇੜੇ ਪਹੁੰਚ ਜਾਂਦੇ ਹਾਂ। ਫਿਰ ਉਹਨਾਂ ਨੇ ਅਕਾਲੀ ਦਲ ਦੇ ਨਾਲ ਇਹ ਮੀਟਿੰਗ ਕੀਤੀ, ਬੜਾ ਲੰਮੀ ਮੀਟਿੰਗ ਹੋਈ, ਉਹਦੇ ਵਿੱਚ ਵੀ ਕਿਹਾ ਗਿਆ ਕਿ ਦੇਖੋ ਮੈਂ ਇੱਕ ਧਾਰਮਿਕ ਬੰਦਾ, ਮੇਰੇ ਨਾਲ ਗੱਲ ਓਨੀ ਕਰਿਓ ਜਿੰਨੀ ਤੁਸੀਂ ਪਗਾ ਸਕਦੇ ਆ, ਜੇ ਆਨੰਦਪੁਰ ਸਾਹਿਬ ਦੇ ਮਤੇ ਤੇ ਆਪਾਂ ਇਹ ਸੰਘਰਸ਼ ਆਰੰਭ ਲੱਗੇ ਕਰਨ ਜਿਹਨੂੰ ਧਰਮ ਯੁੱਧ ਮੋਰਚੇ ਦਾ ਨਾਂ ਦਿੱਤਾ ਗਿਆ, ਫਿਰ ਤੂੰ ਪਛਾਣ ਨਾ ਹਟਿਓ, ਆਪਾਂ ਡਟ ਕੇ ਤੇ ਖੜੋ, ਸਾਰਿਆਂ ਨੇ ਜਕਾਰੇ ਛੱਡੇ ਨੇ ਜੀ, ਡਟ ਕੇ ਖੜਾਂਗੇ ਅਸੀਂ, ਬਲਕਿ ਮਰ ਜੀਵੜਿਆਂ ਦੀ ਭਰਤੀ ਕੀਤੀ ਗਈ, ਸੋਹਾਂ ਖਾਧੀਆਂ, ਬੜਾ ਕੁਛ ਹੋਇਆ, ਤੁਹਾਨੂੰ ਪਤਾ ਇਸ ਗੱਲ ਦਾ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਸੰਘਰਸ਼ ਸਿਖਰਾਂ ਤੇ ਚੱਲਦਾ ਗਿਆ, ਦੁਨੀਆਂ ਭਰ ਦੀਆਂ ਨਜ਼ਰਾਂ ਧਰਮ ਯੁੱਧ ਮੋਰਚੇ ਤੇ ਲੱਗੀਆਂ, ਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਮੰਨ ਲਿਆ, ਪੰਜਾਬ ਦੇ ਵਾਸੀਆਂ ਨੇ ਵੀ ਇਹ ਸਾਡੇ ਵਾਸਤੇ ਇੱਕ ਵਧੀਆ ਆਰਟੀਕਲ ਆ, ਇਹਨੂੰ ਮਨਾ ਲੈਣਾ ਚਾਹੀਦਾ। ਪਰ ਉਦੋਂ ਅਕਾਲੀ ਦਲ ਹੌਲੀ ਹੌਲੀ ਚੁੱਪ ਕਰਦਾ ਗਿਆ, ਪਿੱਛੇ ਹਟਦਾ ਗਿਆ, ਬਲਕਿ ਸੰਤਾਂ ਨੇ ਇਹ ਕਿਹਾ ਕਿ ਆਪਾਂ ਕੋਈ ਮੀਟਿੰਗ ਨਾ ਕਰੋ, ਸੈਂਟਰ ਆ ਕੇ ਇੱਥੇ ਸਾਡਾ ਕੋਈ ਵਜ਼ੀਰ ਆਉਂਦਾ ਹੈ, ਇੱਥੇ ਆਪਾਂ ਬੈਠੋ, ਮੀਟਿੰਗ ਕਰੋ, ਪਬਲਿਕ ਨੂੰ ਦੱਸੋ ਕਿ ਆਹ ਕੁਝ ਮੰਨਦੇ ਆ, ਆਪਾਂ ਨਾਲ ਦੀ ਨਾਲ ਨਸ਼ਰ ਕਰੋ ਉਸ ਗੱਲ ਨੂੰ। ਇਸੇ ਸੰਬੰਧ ਵਿੱਚ ਡਾਕਟਰ ਸੁਬਰਾਮਨੀਓ ਸਵਾਮੀ ਗਿਆ, ਉਹ ਸੰਤ ਲੌਂਗੋਵਾਲ ਨੂੰ ਮਿਲਿਆ, ਸੰਤ ਭਿੰਡਰਾਂਵਾਲੇ ਨੂੰ ਮਿਲਿਆ, ਉਹਨੇ ਬੜੀਆਂ ਸਪਸ਼ਟ ਗੱਲਾਂ ਕਹੀਆਂ, ਸੰਤਾਂ ਨੇ ਉਹਨੂੰ ਸਪਸ਼ਟ ਗੱਲਾਂ ਕਹੀਆਂ ਵੀ ਸਾਡੇ ਕੋਲ ਜਿੱਥੇ ਮਰਜ਼ੀ ਸਾਨੂੰ ਬਿਠਾਓ, ਪਰ ਉਹ ਬੰਦਾ ਪਾਵਰਫੁੱਲ ਹੋਵੇ ਫੈਸਲਾ ਲੈਣ ਵਾਸਤੇ, ਤਾਂ ਅਸੀਂ ਹਰ ਤਰ੍ਹਾਂ ਦੀ ਮੀਟਿੰਗ ਕਰਨ ਨੂੰ ਤਿਆਰ ਹਾਂ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਜਦੋਂ ਸਿਖਰਾਂ 'ਤੇ ਚੜ੍ਹਿਆ ਉਦੋਂ ਅਖੀਰ ਤੱਕ, ਮੈਂ ਇੱਕ ਕਿਤਾਬ ਵੀ ਲਿਖੀ ਆ, ਉਹਦੇ 'ਚ ਮੈਂ ਲਿਖਿਆ ਕਿ ਮਈ ਤੱਕ, ਜੂਨ ਨੂੰ ਬਲੂ ਸਟਾਰ ਹੁੰਦਾ, ਮਈ ਤੱਕ ਅਕਾਲੀ ਦਲ ਦੀਆਂ ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ, ਜਿਹੜੀਆਂ ਕਿ ਮੈਂ ਸਮਝਦਾ ਮੰਦਭਾਗੀਆਂ ਸੀ, ਨਹੀਂ ਕਰਨੀਆਂ ਚਾਹੀਦੀਆਂ ਸੀ, ਉਹ ਏਕਤਾ ਦੇ ਵਿੱਚੋਂ ਜਿਹੜੀ ਅਨੇਕਤਾ ਨਜ਼ਰ ਆਉਣ ਲੱਗ ਪਈ ਸੀ, ਏਕਤਾ ਨੂੰ ਫਰਕ ਪਿਆ, ਜਿਹਦੇ ਕਰਕੇ ਉਹਨੂੰ ਰਾਹ ਮਿਲ ਗਿਆ ਵੀ ਹੁਣ ਅਕਾਲੀ ਦਲ ਤੇ ਪਾਸੇ ਆ। ਚਲੋ ਜਿਸ ਦਰਬਾਰ ਸਿੰਘ ਦੀ ਮੈਂ ਗੱਲ ਹੀ ਕੀ ਕਰਨੀ, ਉਹ ਤਾਂ ਕਾਂਗਰਸ ਸੀ, ਉਹਨਾਂ ਉੱਤੇ ਸੈਂਟਰ ਵਿੱਚ ਹੀ ਕਾਂਗਰਸ ਸੀ, ਉਹਨਾਂ 'ਤੇ ਉਹੀ ਬੋਲੀ ਬੋਲਣੀ ਸੀ ਜੋ ਸੈਂਟਰ ਦੇ ਵਿੱਚੋਂ ਕਿਹਾ ਜਾਂਦਾ ਸੀ। ਪਰ ਜਿਨ੍ਹਾਂ ਨੇ ਆਨੰਦਪੁਰ ਦੇ ਮਤੇ 'ਤੇ ਕਸਮਾਂ ਖਾਧੀਆਂ, ਜਿਨ੍ਹਾਂ ਨੇ ਆਨੰਦਪੁਰ ਦੇ ਮਤੇ 'ਤੇ ਖੜ੍ਹੇ ਹੋਏ, ਜਿਹਦੇ ਸੰਘਰਸ਼ ਦਾ ਨਾਂ ਰੱਖਿਆ, ਧਰਮ ਯੁੱਧ ਮੋਰਚੇ ਦੇ ਡਿਕਟੇਟਰ ਥਾਪੇ ਗਏ, ਉਹੀ ਬੰਦੇ ਜਿਸੇ ਜਿਸੇ ਪਸਾਹ ਹਟ ਗਏ, ਅਤੇ ਇਹੀ ਇੱਕ ਕਾਰਨ ਹੈ ਕਿ ਅੱਜ ਜਿੱਥੇ ਵੀ ਦੁਨੀਆਂ 'ਚ ਗੱਲ ਚੱਲੂਗੀ ਨਾ, ਇਹ ਗੱਲ ਚੱਲੂਗੀ ਕਿ ਜੇ ਉਦੋਂ ਹੀ ਆਨੰਦਪੁਰ ਦਾ ਮਤਾ ਮਨਵਾ ਲਿਆ ਜਾਂਦਾ ਤੇ ਅੱਜ ਸੜਕਾਂ ਤੇ ਬਹਿਣ ਦੀ ਲੋੜ ਨਹੀਂ ਸੀ, ਅੱਜ ਦੁਬਾਰਾ ਸੰਘਰਸ਼ ਕਰਨ ਦੀ ਲੋੜ ਨਹੀਂ ਸੀ। ਮੀਟਿੰਗਾਂ ਦੇ ਦੌਰ ਦੀ ਗੱਲ ਤੁਸੀਂ ਕੀਤੀ ਆ ਵੀ ਉਦੋਂ ਅਕਾਲੀ ਦਲ ਦੀਆਂ ਗੁਪਤ ਮੀਟਿੰਗਾਂ ਵੀ ਹੋਈਆਂ, ਇਹ ਗੱਲਾਂ ਆਖੀਆਂ ਜਾਂਦੀਆਂ ਨੇ, ਤਾਂ ਅੱਜ ਜੇ ਗੱਲ ਕਰੀਏ, ਅੱਜ ਇੱਕ ਮੀਟਿੰਗਾਂ ਦਾ ਦੌਰ ਅੱਜ ਵੀ ਚੱਲ ਰਿਹਾ, ਇਸ ਮੋਰਚੇ ਨੂੰ ਲੈ ਕੇ ਵੀ ਅੱਜ ਮੀਟਿੰਗਾਂ ਚੱਲ ਰਹੀਆਂ ਨੇ। ਟੇਬਲ ਟਾਕਿੰਗ ਕਹਿੰਦੇ ਨੇ ਵੀ ਹਾਂ ਟੇਬਲ ਟਾਕ ਦੇ ਰਾਹੀਂ ਮਸਲੇ ਦਾ ਹੱਲ ਹੋ ਜੇ ਤਾਂ ਵਧੀਆ ਗੱਲ ਹੈ, ਵੀ ਸ਼ਾਂਤਮਈ ਅਸੀਂ ਰਵਾਂਗੇ, ਸ਼ਾਂਤੀ ਬਣਾਈ ਰੱਖਾਂਗੇ, ਇਹਨਾਂ ਨੇ ਗੱਲ ਕੀਤੀ ਹੈ। ਰਾਜੇਵਾਲ ਸਾਹਿਬ ਵਾਰ ਵਾਰ ਸਟੇਜ ਤੋਂ ਅਪੀਲ ਕਰਦੇ ਨੇ, ਇੱਕ ਖੁੱਲ੍ਹੀ ਚਿੱਠੀ ਵੀ ਨਾ ਆਈ ਹੈ ਕਿਸਾਨਾਂ ਦੇ, ਤਾਂ 9 ਮੀਟਿੰਗਾਂ ਹੋ ਗਈਆਂ, 10ਵੇਂ ਗੇੜ ਦੀ ਮੀਟਿੰਗ ਫਿਰ ਰੱਖ ਲਈ ਗਈ ਹੈ, ਮੀਟਿੰਗਾਂ ਵੱਧ ਰਹੀਆਂ ਨੇ ਪਰ ਹੱਲ ਨਹੀਂ ਕੋਈ ਵੱਡਾ ਨਿਕਲ ਰਿਹਾ, ਵੀ ਇਹ ਮੀਟਿੰਗਾਂ ਲੱਗਦਾ ਇਹ ਮੀਟਿੰਗਾਂ ਹੱਲ ਕੱਢਣਗੀਆਂ, ਹੁਣ ਜੇ ਪਹਿਲਾਂ ਵਾਲੀਆਂ ਮੀਟਿੰਗਾਂ ਹੱਲ ਨਹੀਂ ਕੱਢ ਸਕੀਆਂ ਵੀ ਹੁਣ ਵਾਲੀਆਂ ਕੱਢਣਗੀਆਂ। ਦੇਖੋ ਇਹ 'ਚ ਦੋ ਗੱਲਾਂ ਨੇ, ਇਹ ਜਿਹੜੀਆਂ 31 ਜਥੇਬੰਦੀਆਂ ਇਹ ਇੱਕ ਸਾਰਤਾ ਦੇ ਨਾਲ ਮੀਟਿੰਗ ਕਰ ਰਹੇ ਆ, ਜਿਹੜਾ ਧਰਮ ਯੁੱਧ ਮੋਰਚਾ ਸੀਗਾ ਉਹਦੇ ਵਿੱਚ ਇੱਕ ਧਿਰ ਜਿਹੜੀ ਸੀ ਉਹ ਮੀਟਿੰਗਾਂ 'ਚ ਕਰ ਰਹੀ ਸੀ, ਦੂਜੀ ਧਿਰ ਰੋਕ ਰਹੀ ਸੀ,
फिर जिहड़ी गल तो खुलासा करदे सी साडियां इन्नियां मंगां मन्नियां गईयां ते केंद्र सरकार उसे वेले उसकी उल्ट बोल दिंदी सी, इंदिरा सरकार कह दिंदी सी वी नहीं साडी ऐ कोई गल नहीं होई, असीं कोई मंग नहीं मन्नी। इस तरह का माहौल बनता बनता जो लोग संघर्ष नाल टुटने शुरू हो गए सी। इत्थे वो दौर नहीं हैगा, इत्थे जिहड़ियां 31-32 जथेबंदियां हैगियां इन्हां च एकता है। ਇਹ ਜਿੰਨੀ ਗੱਲ ਕਰਦੇ ਨੇ ਆ ਕੇ ਸਟੇਜ ਤੇ ਦੱਸ ਦਿੰਦੇ ਨੇ, ਪਬਲਿਕ ਨੂੰ ਨਸ਼ਰ ਕਰਦੇ ਆ ਵੀ ਆਹ ਸਾਡੇ ਨਾਲ ਗੱਲ ਹੋਈ ਪਰ ਸਿੱਟਾ ਕੋਈ ਨੀ ਨਿਕਲਿਆ, ਕੇਂਦਰ ਸਰਕਾਰ ਗੱਲ ਕੋਈ ਨੀ ਮੰਨਦੀ। ਇਹ ਸੱਚਾਈ ਦੱਸਦੇ ਨੇ ਔਰ ਜਿੰਨਾ ਚਿਰ ਸੱਚਾਈ ਦੱਸਦੇ ਰਹਿਣਗੇ ਸਪਸ਼ਟਤਾ ਹੋਏਗੀ ਇਹਨਾਂ ਵਿੱਚ, ਜਿੰਨਾ ਚਿਰ ਏਕਤਾ ਬਣੀ ਰਹੇਗੀ। ਮੈਂ ਸਮਝਦਾ ਵੀ ਜਿੰਨੀਆਂ ਮਰਜ਼ੀ ਕੇਂਦਰ ਮੀਟਿੰਗਾਂ ਕਰੇ, ਮੀਟਿੰਗ ਜਾਣਾ ਚਾਹੀਦਾ, ਮੀਟਿੰਗ ਕਰਨੀ ਚਾਹੀਦੀ ਆ, ਪਰ ਇੱਕ ਤਰਫਾ ਨਹੀਂ, ਕਿਸੇ ਇੱਕ ਵਿਅਕਤੀ ਨੂੰ ਨਹੀਂ, ਸਾਰਿਆਂ ਨੂੰ ਜਿਵੇਂ ਹੁਣ ਕਰਦੇ ਆ ਇਸ ਤਰ੍ਹਾਂ ਮੀਟਿੰਗ ਕਰਨ। ਜੇ ਇਹਦੇ ਵਿੱਚ ਇਹਨਾਂ ਨੂੰ ਘਾਟਾ ਨਹੀਂ, ਕੇਂਦਰ ਸਰਕਾਰ ਨੂੰ ਵੀ, ਦੁਨੀਆਂ ਦੇ ਵਿੱਚ ਜਿੰਨੇ ਡੈਮੋਕਰੇਟਿਕ ਦੇਸ਼ ਨੇ ਉਹਨਾਂ ਨੇ ਪ੍ਰਸ਼ਨ ਖੜੇ ਕਰਨੇ ਆ ਵੀ ਕਦ ਲਈ ਮੀਟਿੰਗ ਕਰਦੇ ਆ, ਜੇ ਤੁਸੀਂ ਬੁਲਾਉਣਾ ਹੀ ਨਹੀਂ, ਕੋਈ ਕਰਨਾ ਹੀ ਨਹੀਂ, ਕੋਈ ਮਸਲੇ ਦਾ ਹੱਲ ਹੀ ਨਹੀਂ ਕੱਢਣਾ, ਫਿਰ ਮੀਟਿੰਗ ਤੇ ਮੀਟਿੰਗ ਕਿਉਂ ਕਰਦੇ ਆ? ਜੇ ਕਿਸਾਨ ਮੀਟਿੰਗ ਤੇ ਨਹੀਂ ਜਾਣਗੇ ਤੇ ਫਿਰ ਇਹਨਾਂ ਤੇ ਇੱਕ ਤਰ੍ਹਾਂ ਦਾ ਬਲੇਮ ਲੱਗੂ। ਲਓ ਜੀ, ਇਹਨਾਂ ਤੇ ਅੜੀਅਲ ਰਵੱਈਆ ਧਾਰਨ ਕਰ ਲਿਆ, ਇਹ ਕੇਂਦਰ ਜਿਹੜੀ ਆ ਮਸਲਾ ਹੱਲ ਕਰਨਾ ਚਾਹੁੰਦੀ ਹੈ, ਕਿਸਾਨ ਨਹੀਂ ਚਾਹੁੰਦੇ। ਇਸ ਗੱਲ ਤੋਂ ਇਹ ਸਮਝਦਿਆਂ ਹੋਇਆ ਇਹ ਮੀਟਿੰਗਾਂ ਤੇ ਜਾਂਦੇ ਆ, ਮੀਟਿੰਗਾਂ 'ਚ ਜਾਣ ਦਾ ਕੋਈ ਹਰਜ ਨਹੀਂ, ਪਰ ਅਖੀਰ ਨੂੰ ਕੇਂਦਰ ਸਰਕਾਰ ਨੂੰ ਹੀ ਇਹਦਾ ਹੱਲ ਕੱਢਣਾ ਪੈਣਾ ਹੈ। ਇਹਦੇ 'ਚ ਕਿਸਾਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ, ਕਿਸਾਨ ਤੇ ਸ਼ਾਂਤਮਈ ਬੈਠੇ ਨੇ, ਐਲਾਨ ਕਰ ਚੁੱਕੇ ਨੇ ਕਿ ਸਾਡਾ ਸੰਘਰਸ਼ ਸ਼ਾਂਤਮਈ ਹੈ। ਤਾਂ ਸਿੰਘ ਸਾਹਿਬ, ਤਿੰਨ ਗੱਲਾਂ ਨੇ ਇੱਥੇ। ਇੱਕ ਜਿਹੜਾ ਫਿਰਕਾ, ਇੱਕ ਕਹਿੰਦਾ, ਇੱਕ ਕੌਮ ਕਹਿੰਦੀ ਹੈ, ਇੱਕ ਹਿੱਸਾ ਕਹਿੰਦਾ ਕਿ ਸਾਨੂੰ ਖਾਲਿਸਤਾਨ ਚਾਹੀਦਾ, ਇੱਕ ਦੇਸ਼ ਹੈ ਹਿੰਦੁਸਤਾਨ, ਸੋਰੀ ਇੰਡੀਆ, ਭਾਰਤ ਇੱਕ ਦੇਸ਼ ਹੈ, ਉੱਥੇ ਹਿੰਦੂ ਰਾਸ਼ਟਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਜੇ ਹਿੰਦੂ ਰਾਸ਼ਟਰ ਕਹਿਣਾ ਸਟੇਜ ਦੇ ਉੱਤੋਂ, ਸ਼ਰੇਆਮ ਹਿੰਦੂ ਰਾਸ਼ਟਰ ਕਹਿਣਾ ਵੀ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਮੋਹਨ ਭਾਗਵਤ ਕਹਿੰਦੇ ਨੇ, RSS ਦੇ ਹੋਰ ਲੀਡਰ ਕਹਿੰਦੇ ਨੇ, ਤਾਂ ਜਦੋਂ ਇਹ ਅਜਿਹੀਆਂ ਗੱਲਾਂ ਕਰਦੇ ਨੇ ਉਦੋਂ ਕੋਈ ਯੁਆਪਾ ਨਹੀਂ ਲੱਗਦਾ, ਜਾਂ ਅਜਿਹੀਆਂ ਗੱਲਾਂ ਚੱਕੀਆਂ ਜਾਂਦੀਆਂ ਨੇ, ਸਿਆਸਤਦਾਨਾਂ ਵੱਲੋਂ ਵੀ ਅਜਿਹੀਆਂ ਗੱਲਾਂ ਚੱਕੀਆਂ ਜਾਂਦੀਆਂ ਨੇ, ਜਿਹੜੇ ਪੰਜਾਬ ਦੇ ਦਰਦਮੰਦ ਸਿਆਸਤਮਾਨ ਨੇ ਤਾਂ ਸਿਆਸਤਦਾਨ ਨੇ। ਤਾਂ ਇੱਕ ਫਿਰਕਾ ਜੇ ਗੱਲ ਕਰ ਲਈਏ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਹਿੰਦੀ ਅਸੀਂ ਰਾਈਟ ਲਿਆ ਹੋਇਆ ਸੁਪਰੀਮ ਕੋਰਟ ਤੋਂ, ਜਮਹੂਰੀ ਹੱਕ ਆ ਸਾਡਾ, ਸ਼ਾਂਤਮਈ ਤਰੀਕੇ ਨਾਲ ਅਸੀਂ ਖਾਲਿਸਤਾਨ ਮੰਗ ਸਕਦੇ ਹਾਂ, ਵੀ ਅਸੀਂ ਆਪਦੇ ਕੌਮੀ ਘਰ ਦੇ ਲਈ ਉਹ ਇਹ ਗੱਲ ਆਖਦੇ ਨੇ, ਸਿਮਰਜੀਤ ਮਾਨ ਗਰੁੱਪ ਜਿਹੜਾ। ਤਾਂ ਇੱਕ ਧੜਾ ਕਹਿ ਸਕਦਾ ਹਿੰਦੂ ਰਾਸ਼ਟਰ, ਦੂਜਾ ਧੜਾ ਖਾਲਿਸਤਾਨ ਨਹੀਂ ਕਹਿ ਸਕਦਾ, ਕੀ ਲੱਗਦਾ? ਨਹੀਂ, ਉਹਦੇ 'ਚ ਕਹਿਣ 'ਤੇ ਕਿਸੇ 'ਤੇ ਪਾਬੰਦੀ ਨਹੀਂ ਹੈਗੀ। ਦੁਨੀਆਂ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਿੱਖ ਆਗੂ ਇਹੋ ਜਿਹੇ ਬੈਠੇ ਨੇ ਜਿਹੜੇ ਖਾਲਿਸਤਾਨ ਮੂਵਮੈਂਟ ਦੇ ਹਮਾਇਤੀ ਨੇ, ਉਹ ਚਾਹੁੰਦੇ ਨੇ ਕਿ ਸਾਨੂੰ ਆਪਣਾ ਦੇਸ਼ ਚਾਹੀਦਾ। ਪਰ ਜਿੱਥੋਂ ਤੱਕ ਇਹ ਸੰਘਰਸ਼ ਦੀ ਗੱਲ ਕਰੀਏ, ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ, ਇਹਨਾਂ ਨੇ ਬੜੀ ਸਪਸ਼ਟਤਾ ਨਾਲ ਕਿਹਾ ਹੈ ਕਿ ਕੋਈ ਖਾਲਿਸਤਾਨ ਦੀ ਮੰਗ ਕਰਦਾ ਹੈ, ਸਾਨੂੰ ਉਹ 'ਤੇ ਕੋਈ ਇਤਰਾਜ਼ ਨਹੀਂ। ਪਰ ਜਿਹੜਾ ਇਹ ਸੰਘਰਸ਼ ਹੈ, ਇਹਨੂੰ ਨਾ ਖਾਲਿਸਤਾਨ ਦੇ ਨਾਲ ਜੋੜਿਆ ਜਾਵੇ ਅਤੇ ਨਾ ਕਿਸੇ ਹੋਰ ਮੂਵਮੈਂਟ ਨਾਲ ਜੋੜਿਆ ਜਾਵੇ। ਇਹ ਕੇਵਲ ਅਤੇ ਕੇਵਲ ਜਿਹੜੀਆਂ ਕਿਸਾਨਾਂ ਦੀਆਂ ਇਹ 3 ਬਿੱਲ ਨੇ, 3 ਬਿੱਲਾਂ ਦੇ ਨਾਲ ਸੰਬੰਧਿਤ ਸਾਡਾ ਸੰਘਰਸ਼ ਹੈ। ਇਹਦੇ 'ਤੇ ਕੇਂਦਰਤ ਹੈ, ਜਿਹਨੇ ਸਟੇਜ ਤੋਂ ਵੀ ਬੋਲਣਾ ਅਤੇ ਇਹਦੇ ਬਾਰੇ ਹੀ ਬੋਲੇ, ਹੋਰ ਕਿਸੇ ਸੰਘਰਸ਼ ਦੀ ਗੱਲ ਨਾ ਕਰੇ। ਜਿੱਥੋਂ ਤੱਕ ਤੁਸੀਂ ਕਿਹਾ ਕਿ ਮੋਹਨ ਭਾਗਵਤ ਕਹਿ ਸਕਦਾ, ਉਹ ਕਹਿ ਸਕਦਾ, ਦੇਖੋ ਇਹ ਜਿਨ੍ਹਾਂ ਦੇ ਹੱਥ 'ਚ ਤਾਕਤ ਹੁੰਦੀ ਹੈ ਉਹ ਇਹ ਗੱਲਾਂ ਕਰੇ ਹੀ ਕਰਦੇ ਨੇ, ਇਹ ਕੋਈ ਅਤਕਥਨੀ ਨਹੀਂ। ਉਹ ਸੋਚਦੇ ਆ, RSS ਵਾਲੇ ਸੋਚਦੇ ਆ, ਜੇ ਅੱਜ ਅਸੀਂ ਹਿੰਦੂ ਰਾਸ਼ਟਰ ਦੀ ਗੱਲ ਨਹੀਂ ਕਰਨੀ ਤਾਂ ਕਦੋਂ ਕਰਾਂਗੇ? ਸਾਡੇ ਕੋਲ ਜਿੱਡੀ ਵੱਡੀ ਅੱਜ ਬਹੁਮਤ ਹੈ, ਸ਼ਾਇਦ ਕਦੇ ਵੀ ਨਾ ਮਿਲੇ। ਸੋ ਇਸ ਕਰਕੇ ਜਿਹੜੇ ਕਹਿੰਦੇ, ਇੱਕ ਪਾਸੇ ਪ੍ਰਧਾਨ ਮੰਤਰੀ ਜਿਹੜਾ ਭਾਰਤ ਦਾ, ਉਹ ਕਹਿ ਰਿਹਾ ਕਿ ਸਭ ਦਾ ਵਿਕਾਸ, ਸਭ ਦਾ ਸਾਥ, ਅਤੇ ਮੋਹਨ ਭਗਵਤ ਕਹਿ ਰਿਹਾ ਕਿ ਜਿਹਨੇ ਹਿੰਦੁਸਤਾਨ 'ਚ ਰਹਿਣਾ ਉਹਨੂੰ ਹਿੰਦੂ ਹੀ ਬਣ ਕੇ ਰਹਿਣਾ ਪਏਗਾ। ਇਹ ਦੇਖੋ ਦੋ ਗੱਲਾਂ ਚੱਲ ਰਹੀਆਂ, ਇਹ ਰਾਜ ਸ਼ਕਤੀ ਦੇ ਵਿੱਚ ਇਹੋ ਜਿਹੀਆਂ ਗੱਲਾਂ ਹੋਇਆ ਕਰਦੀਆਂ, ਪਰ ਅਸੀਂ ਉਹਨੂੰ ਇਸ ਗੱਲ ਨਾਲ ਰਲਗੜ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇੱਥੇ ਜੋ ਰਾਜੇਵਾਲ ਸਾਹਿਬ ਕਹਿ ਰਹੇ ਨੇ ਜਾਂ 31 ਜਥੇਬੰਦੀਆਂ ਕਹਿ ਰਹੇ ਨੇ, ਅਸੀਂ ਤਾਂ ਉਹਨਾਂ ਦੇ ਸਪੋਰਟਰ ਹਾਂ, ਸਪੋਰਟਰ ਬਣ ਕੇ ਆਏ। ਅਸੀਂ ਮੈਡੀਕਲ ਕੈਂਪ ਲਾਇਆ, ਲੰਗਰ ਲਾਏ ਨੇ, ਹੋਰ ਅਸੀਂ ਹਰ ਤਰ੍ਹਾਂ ਦੀ ਜੋ ਸਾਡੇ ਕੋਲ ਸਰਦਾ ਬਣਦਾ ਅਸੀਂ ਸਹੂਲਤ ਕਰਦੇ ਹਾਂ। ਅਸੀਂ ਇਹਦੇ ਵਿੱਚ ਹੋਰ ਕਿਸੇ ਮੂਵਮੈਂਟ ਨੂੰ ਧਕੇਲਣਾ ਨਹੀਂ ਚਾਹੁੰਦੇ। ਜੋ ਉਹਨਾਂ ਦੀ ਮਨਸ਼ਾ ਹੈ ਕਿ ਸਾਡੀ ਆ ਮਨਸ਼ਾ ਹੈ, ਅਤੇ ਇਸ 3 ਆਰਟੀਕਲ ਜਿਹੜੇ ਇਹਨਾਂ ਨੇ ਧੱਕੇ ਨਾਲ ਪਾਸ ਕੀਤੇ ਨੇ, ਬਹੁਮਤ ਦੇ ਜ਼ੋਰ ਦੇ ਨਾਲ ਪਾਸ ਕੀਤੇ ਨੇ, ਜਿਨ੍ਹਾਂ 'ਤੇ ਕੋਈ ਚਰਚਾ ਵਿਚਾਰ ਵੀ ਨਹੀਂ ਹੋਈ, ਇੱਕ ਐਂ ਹੱਥ ਖੜ ਕੇ ਕਿਹਾ ਕਿ ਆਹ ਬਿੱਲ ਆ ਜੀ, ਹਾਂ ਪਾਸ ਹੈ, ਆਹ ਦੂਜਾ ਬਿੱਲ ਆ ਜੀ, ਇਹ ਵੀ ਪਾਸ, ਤੀਜਾ ਆਹ ਵੀ ਪਾਸ ਜੀ, ਐਂ ਪਾਸ ਕੀਤੇ ਆ। ਉਹ ਬਿੱਲਾਂ ਨੂੰ ਰੱਦ ਕਰਾਉਣ ਵਾਸਤੇ ਕਹਿੰਦੇ ਸਾਡਾ ਸੰਘਰਸ਼ ਹੈ, ਅਸੀਂ ਪੂਰੀ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਨਾਲ ਸਹਿਮਤ ਹੈ। ਇਹ ਇੱਕ ਵੱਖਰਾ ਇਸ਼ੂ ਹੈ ਜਿਹੜਾ ਸਿੱਖਾਂ ਦੀ ਆਜ਼ਾਦੀ ਦਾ ਹੈ ਜਾਂ ਖਾਲਿਸਤਾਨ ਦਾ ਹੈ ਜਾਂ ਹੋਰ ਕਿਸੇ ਵੀ ਸੰਘਰਸ਼ ਦਾ ਹੈ, ਉਹ ਹਿੱਸਾ ਵੱਖਰਾ ਹੈ। ਪਰ ਅੱਜ ਅਸੀਂ ਇੱਥੇ ਖੜੇ ਹਾਂ ਕਿਸਾਨ ਜਥੇਬੰਦੀਆਂ ਦੇ ਨਾਲ, ਅਸੀਂ ਉਹਨਾਂ ਦੇ ਜੋ ਵਿਚਾਰਧਾਰਾ ਉਹਨਾਂ ਨਾਲ ਡਟ ਕੇ ਖੜੇ ਹਾਂ। ਤਾਂ ਪ੍ਰੋਫੈਸਰ ਮਨਜੀਤ ਸਿੰਘ ਜੀ ਮੇਰੇ ਨਾਲ ਗੱਲ ਕਰ ਰਹੇ ਸੀ, ਉਹ ਕਹਿੰਦੇ ਜਦੋਂ ਨਾ
ਲੋਕਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਨਾ ਤਾਂ ਉਹ ਬਾਗੀ ਹੋ ਜਾਂਦੇ ਨੇ ਉਦੋਂ ਜਿਹੜਾ ਆ ਅਜਿਹੀਆਂ ਮੰਗਾਂ ਸ਼ੁਰੂ ਹੋ ਜਾਂਦੀਆਂ ਜਿਵੇਂ ਕਸ਼ਮੀਰ ਦੇ ਵਿੱਚ ਯੂਨਾਈਟਿਡ ਕਸ਼ਮੀਰ ਦੀ ਮੰਗ ਸ਼ੁਰੂ ਹੋ ਜਾਂਦੀ ਹੈ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੰਗ ਸ਼ੁਰੂ ਹੋ ਜਾਂਦੀ ਹੈ ਜੇ ਗੱਲ ਤਾਮਿਲਨਾਡੂ ਦੀ ਕਰੀਏ ਤਾਂ ਹੋਰ ਸਟੇਟਾਂ ਵੀ ਨੇ ਵੱਖ ਉਹ ਕਹਿੰਦੀਆਂ ਸਾਨੂੰ ਯੂਨਾਈਟਿਡ ਕਰ ਦਿਓ ਸਾਨੂੰ ਅਲੱਗ ਕਰ ਦਿਓ ਤਾਂ ਅਜਿਹੀਆਂ ਮੰਗਾਂ ਸ਼ੁਰੂ ਹੁੰਦੀਆਂ ਨੇ ਜਦੋਂ ਜਿਹੜੇ ਸਰਕਾਰਾਂ ਤੱਕ ਹਾਕਮਾਂ ਤੱਕ ਆਵਾਜ਼ ਨਹੀਂ ਪਹੁੰਚਦੀ ਮਾਨਵਤਾ ਉਹਨਾਂ ਦੀ ਜਿਹੜੀ ਆ ਅੰਦਰੋਂ ਮਰ ਜਾਂਦੀ ਆ ਜਦੋਂ ਉਹ ਲੋਕਾਂ ਦੀ ਗੱਲ ਨਹੀਂ ਸੁਣਦੇ ਹੱਕੀ ਮੰਗਾਂ ਜਦੋਂ ਨਹੀਂ ਦਿੰਦੇ ਜਿੱਦਾਂ ਲੋਕ ਸਰਦੀ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਬੱਚੇ ਵੀ ਬੈਠੇ ਨੇ ਲੱਗਦਾ ਵੀ ਇਹ ਮੰਗਾਂ ਜਦੋਂ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਸਿਆਸੀ ਮੰਗਾਂ ਸ਼ੁਰੂ ਹੋ ਜਾਂਦੀਆਂ ਨੇ ਇਹਦੇ ਆਗਾਮੀ ਸਿੱਟੇ ਜਿਹੜੇ ਆ ਕੀ ਨਿਕਲ ਸਕਦੇ ਨੇ ਤੁਸੀਂ ਪੰਜਾਬ ਦੇ ਦਰਦਮੰਦ ਤੋਂ ਦਰਦ ਹੰਢਾਇਆ ਆਪਦੇ ਪਿੰਡੇ ਤੇ ਹੰਢਾਇਆ ਜਿਹੜਾ ਪਿਛਲਾ 30 ਸਾਲਾਂ 40 ਸਾਲਾਂ ਵਾਲਾ ਦਰਦ ਹੈ ਉੱਤੇ ਹੰਢਾਇਆ ਕੀ ਸਿੱਟੇ ਨਿਕਲ ਸਕਦੇ ਅਗਲੇ ਦੇਖੋ ਇਹ ਤੇ ਭਾਰਤ ਸਰਕਾਰ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਇੰਨੇ ਲੰਮੇ ਸੰਘਰਸ਼ਾਂ ਦੇ ਵਿੱਚੋਂ ਵਾਕਿਆ ਹੀ ਬਗਾਵਤ ਖੜੀ ਹੋ ਜਾਂਦੀ ਹੈ ਕਿਉਂਕਿ ਕਿੰਨਾ ਕੁ ਚਿਰ ਜਿਹੜੀਆਂ ਕੱਤੇ ਜਥੇਬੰਦੀਆਂ ਨੇ ਤੇ ਕੰਟਰੋਲ ਕਰ ਸਕਦੀਆਂ ਮਸਲਨ ਤੁਸੀਂ ਹੁਣ ਆਹ ਲੈ ਲਓ ਤਾਜ਼ਾ ਮਸਲਾ 26 ਜਨਵਰੀ ਵਾਲਾ ਹੀ ਹੈ 26 ਜਨਵਰੀ ਨੂੰ ਕੁਝ ਨੌਜਵਾਨਾਂ ਨੇ ਵੀਡੀਓ ਵਾਇਰਲ ਕੀਤੀਆਂ ਵੀ ਅਸੀਂ ਟੈਂਕ ਵਰਗਾ ਇੱਕ ਟਰੈਕਟਰ ਤਿਆਰ ਕਰ ਲਿਆ ਇੱਕ ਅਸੀਂ ਤੋਪ ਵਰਗਾ ਟਰੈਕਟਰ ਤਿਆਰ ਕਰ ਲਿਆ ਅਸੀਂ ਪੂਰਾ ਜੰਗ ਲੜਾਂਗੇ ਬੈਰੀਗੇਡ ਤੋੜ ਦਾਂਗੇ ਮੁਕਾਬਲਾ ਕਰਾਂਗੇ ਉਹ ਇੱਕ ਬਗਾਵਤ ਕਿਸ ਗੱਲ ਚੋਂ ਨਿਕਲੀ ਆ ਕਿਉਂਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਜਿਹਨੂੰ ਸਪਸ਼ਟ ਕਰ ਰਹੇ ਨੇ ਰਾਜੋਵਾਲ ਸਾਹਿਬ ਸਾਰੇ ਵੀ ਸਾਡੀ ਲੜਾਈ ਇਹ ਨਹੀਂ ਸਾਡੀ ਸਿਰਫ ਪਰੇਡ ਕਰਨ ਦੀ ਲੜਾਈ ਹੈ ਕਿਰਪਾ ਕਰਕੇ ਇਹੋ ਜਿਹੀਆਂ ਜਿਹੜੀਆਂ ਵੀਡੀਓ ਵਾਇਰਲ ਨਾ ਕੀਤੀਆਂ ਜਾਣ ਅਸੀਂ ਕੋਈ ਟਰੈਕਟਰ ਬਣਾ ਕੇ ਟੈਂਕ ਬਣਾ ਕੇ ਅਸੀਂ ਜੰਗ ਲੜਨ ਨਹੀਂ ਜਾ ਰਹੇ ਅਸੀਂ ਕੋਈ ਵਿਰੋਧ ਨਹੀਂ ਕਰ ਰਹੇ ਅਸੀਂ ਪਰੇਡ ਕਰ ਰਹੇ ਹਾਂ ਅਸੀਂ ਆਪਣਾ ਮਸਲਾ ਰੱਖਣ ਜਾ ਰਹੇ ਹਾਂ ਨਾ ਕਿ ਅਸੀਂ ਜੰਗ ਲੜਨ ਜਾ ਰਹੇ ਹਾਂ ਕਿੰਨਾ ਕੁ ਚਿਰ ਕੰਟਰੋਲ ਕਰਨਗੇ ਜਦੋਂ ਤਾਂ ਅੱਜ ਠੀਕ ਹੈ ਅੱਜ ਕੰਟਰੋਲ 'ਚ ਹੈ ਸਾਰੀ ਗੱਲ ਅਤੇ ਭਾਰਤ ਸਰਕਾਰ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਜੇ ਲੰਮਾ ਸਮਾਂ ਅਸੀਂ ਇਸੇ ਤਰ੍ਹਾਂ ਸੜਕਾਂ 'ਤੇ ਲੋਕਾਂ ਨੂੰ ਬਿਠਾਈ ਰੱਖਿਆ ਤਾਂ ਇਹ ਪੰਜਾਬ ਦਾ ਇੱਕ ਇਹੋ ਜਿਹਾ ਖੂਨ ਹੈ ਜਿਹੜਾ ਝੁਕਣ ਵਾਲਾ ਨਹੀਂ ਜਿਹੜਾ ਅੱਜ ਘਰਾਂ 'ਚ ਬੈਠਾ ਹਲੇ ਉਹਨਾਂ ਨੇ ਵੀ ਉੱਠ ਕੇ ਸੜਕਾਂ 'ਤੇ ਆ ਜਾਣਾ ਅਤੇ ਇਹ ਸੰਘਰਸ਼ ਹੋਰ ਰੂਪ ਧਾਰਨ ਕਰ ਸਕਦਾ ਤਾਂ ਜਥੇਦਾਰ ਸਾਹਿਬ ਤੁਸੀਂ ਕਿਹਾ ਹੋਰ ਰੂਪ ਧਾਰਨ ਕਰ ਸਕਦਾ ਗੱਲ ਕਰ ਲਈਏ ਜਿਹੜੇ ਲੋਕ ਵੀ ਅੱਜ ਸਿੱਧਾ ਕਹਿ ਰਹੇ ਅਸੀਂ ਲੜਾਂਗੇ ਜਾ ਕੇ ਉਹ ਲੜਨ ਵਾਲੀ ਜਿਹੜੀ ਗੱਲ ਆ ਉਹ ਪਿੱਛੇ 30-40 ਸਾਲ ਵਾਲਾ ਇਤਿਹਾਸ ਖੜਾ ਵੀ ਪੰਜਾਬ ਨਾਲ ਵਿਤਕਰਾ ਹੋਇਆ ਇਹ ਗੱਲ ਕਿਤੇ ਨਾ ਕਿਤੇ ਦਿਲ ਦੇ ਵਿੱਚ ਪੰਜਾਬੀਆਂ ਦੇ ਹੈਗੀ ਆ ਤਾਂ ਹੀ ਮੈਨੂੰ ਲੱਗਦਾ ਵੀ ਉਹ ਆਖ ਰਹੇ ਨੇ ਅਸੀਂ ਲੜਾਂਗੇ ਜਾਂ ਗੁਰਨਾਮ ਚੜੂਨੀ ਆਖ ਰਹੇ ਨੇ ਕਿ ਜੇ 26 ਨੂੰ ਟਰੈਕਟਰ ਸੱਦ ਰਹੇ ਹੋ ਤਾਂ ਫਿਰ ਧੂਫ ਦੇਣ ਵਾਸਤੇ ਸੱਦ ਰਹੇ ਹੋ ਵੀ ਕਿਤੇ ਨਾ ਕਿਤੇ ਜੇ ਬੈਰੀਕੇਡ ਹੀ ਨਹੀਂ ਪਾਸੇ ਕਰਨੇ ਨੇ ਲੋਕਾਂ ਨੂੰ ਸੱਦਣ ਦਾ ਕੀ ਫਾਇਦਾ ਜੇ ਦਿੱਲੀ ਜਾਣਾ ਹੀ ਨਹੀਂ ਤੁਸੀਂ ਨਹੀਂ ਇਹ ਦੇਖੋ ਇਹ ਤੇ ਜਿਹੜੀਆਂ 31 ਜਥੇਬੰਦੀਆਂ ਨਾ ਉਹਨਾਂ ਦਾ ਫੈਸਲਾ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰ ਸਕਦਾ ਪਰ ਉਹਨਾਂ ਦਾ ਇਹ ਵੀ ਅਸੀਂ ਇੱਕ ਸ਼ਕਤੀ ਪ੍ਰਦਰਸ਼ਨ ਕਰਨਾ ਅਸੀਂ ਲੜਨਾ ਨਹੀਂ ਜੇ ਇਹਦੇ ਤੇ ਕੋਈ ਕਮੈਂਟ ਕਰੇ ਕਿ ਤੁਸੀਂ ਜੀ ਆਪਾਂ ਇਹਦੀ ਧੂਫ ਤੋੜ ਦੇਣੀ ਹੈ ਜੇ ਆਪਾਂ ਬੈਰੀਕੇਡ ਨਹੀਂ ਤੋੜਨੇ ਇਹੋ ਜਿਹੇ ਕਮੈਂਟ ਨਹੀਂ ਕਰਨੇ ਚਾਹੀਦੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਮੈਂ ਦੁਬਾਰਾ ਫਿਰ ਇਹ ਗੱਲ ਦੁਹਰਾਉਣੀ ਚਾਹਾਂਗਾ ਕਿ ਲੰਮਾ ਸਮਾਂ ਇਹਨੂੰ ਜਾਬਤੇ 'ਚ ਨਹੀਂ ਰੱਖਿਆ ਜਾ ਸਕਦਾ ਭਾਵੇਂ ਉਹ 31 ਜਥੇਬੰਦੀਆਂ ਹੋਣ ਭਾਵੇਂ ਉਹ ਗੌਰਮੈਂਟ ਹੋਵੇ ਇਹਨੂੰ ਜਾਬਤੇ 'ਚ ਨਹੀਂ ਰੱਖ ਸਕਦੀ ਬਜਾਏ ਇਸ ਦੇ ਕਿ ਇਹ ਸੰਘਰਸ਼ ਕੋਈ ਹੋਰ ਰੂਪ ਧਾਰਨ ਕਰ ਜੇ ਉਦੋਂ ਪਹਿਲਾਂ ਇਹਦਾ ਮਸਲਾ ਹੱਲ ਗੌਰਮੈਂਟ ਨੂੰ ਕਰ ਦੇਣਾ ਚਾਹੀਦਾ ਇਹ 3 ਬਿੱਲ ਖਤਮ ਕਰ ਦੇਣੇ ਚਾਹੀਦੇ ਨੇ ਤਾਂ ਆਖਰੀ ਸਵਾਲ ਹੈ ਜੀ ਮੇਰਾ ਜਥੇਦਾਰ ਸਾਹਿਬ 18 ਤਰੀਕ ਨੂੰ ਸੱਦਿਆ ਗਿਆ 18 ਤਰੀਕ ਨੂੰ ਲੈ ਕੇ ਵਕੀਲ ਸਾਹਿਬ ਨਾਲ ਕੀ ਗੱਲਬਾਤ ਹੋਈ ਹੈ ਵੀ ਕਿਵੇਂ ਜਸਟੀਫਾਈ ਕੀਤਾ ਜਾਊਗਾ ਕੀ ਗੱਲਬਾਤ ਹੋਊਗੀ ਕੀ ਲੱਗਦਾ ਜਾਂ ਜਿਹੜੇ ਨੌਜਵਾਨ ਜਿਹੜੇ ਆਮ ਘਰਾਂ ਦੇ ਨੌਜਵਾਨ ਨੇ ਉਹਨਾਂ 'ਤੇ ਜਦੋਂ ਯੁਆਪਾ ਲੱਗ ਰਿਹਾ ਆਮ ਮੁੰਡਿਆਂ 'ਤੇ ਜਿਹੜੇ ਕੇਸ ਪਾਏ ਜਾ ਰਹੇ ਆ ਕਿਵੇਂ ਨਜਿੱਠਣ ਉਹ ਕੀ ਲੱਗਦਾ ਵੀ ਜਿਹੜੇ ਸਿੰਗਰ ਨੇ ਉਹਨਾਂ 'ਤੇ ਵੀ ਕੇਸ ਪਾਏ ਜਾ ਰਹੇ ਨੇ ਮੈਂ ਕਹਿੰਦਾ ਵੀ ਇਹ ਇੱਕ ਚੰਗੀ ਗੱਲ ਆ ਵੀ ਨਾਮਵਾਰ ਬੰਦਿਆਂ 'ਤੇ ਇਹਨਾਂ ਨੇ ਇਹੋ ਜਿਹੇ ਭੈੜੇ ਕੇਸ ਪਾਏ ਆ ਜੇ ਇੱਕ ਬਿਲਕੁਲ ਜਿਹਦਾ ਕੋਈ ਨਾਂ ਨਹੀਂ ਇੱਥੇ ਨਹੀਂ ਉਸ ਬੰਦੇ 'ਤੇ ਪਾ ਦੇਣ ਅਤੇ ਉਹ ਵਿਚਾਰਾ ਕਿੱਥੋਂ ਲੜਾਈ ਲੜੂਗਾ ਕੀ ਕਰ ਲੂਗਾ ਕਿਤੇ ਨਾ ਕਿਤੇ ਮੁੰਡਿਆਂ ਕੋਲ ਨਾ ਲਿਟਰੇਚਰ ਮਿਲਿਆ ਸੀਗਾ ਪਿਛਲੇ ਸਾਲ ਦੀ ਗੱਲ ਆ ਸੁਖਪਾਲ ਖਹਿਰਾ ਗਏ ਸੀ ਉਦੋਂ ਯੁਆਪਾ ਲੱਗਿਆ ਮੁੰਡਿਆਂ 'ਤੇ ਉਹਨਾਂ ਦੀ ਵੀ ਭੈੜੀ ਹੱਲ ਕਰ ਦਿੱਤੀ ਗਈ ਸੀ ਮੈਂ ਕਹਿੰਦਾ ਜਿੱਥੇ ਇੱਥੇ ਨਾ ਕੋਈ ਦਲੀਲ ਹੈ ਨਾ ਵਕੀਲ ਨਾ ਅਪੀਲ ਆ ਅਸੀਂ ਜਾਵਾਂਗੇ 18 ਤਰੀਕ ਨੂੰ ਗੌਰਮੈਂਟ ਚਾਹੇਗੀ ਅਸੀਂ ਕੁਝ ਵੀ ਨਹੀਂ ਕਹਿਣਾ ਵੀ ਅਸੀਂ ਤਾਂ ਪੁੱਛਣਾ ਹੈ ਵੀ ਤੁਸੀਂ ਦੱਸੋ ਜਿਹੜਾ ਸਾਡੇ 'ਤੇ ਧਾਰਾਂ ਲਾਵਾਂ ਲਾਈਆਂ ਹੈ ਸਾਡਾ ਗੁਨਾਹ ਕੀ ਹੈ ਅਸੀਂ ਕੀ ਇਹੋ ਜਿਹਾ ਗੁਨਾਹ ਕਰਤਾ ਕੀ ਸਾਨੂੰ ਦੇਸ਼ ਤੋਂ ਸਾਡੇ ਤੋਂ ਕੀ ਦੇਸ਼ ਨੂੰ ਖਤਰਾ ਹੋ ਗਿਆ ਜਿਹਦੇ ਕਰਕੇ ਇਹ ਲਾਈਆਂ ਜੇ ਉਹ ਕਹਿਣ ਜੀ ਖਤਰਾ ਹੈਗਾ ਠੀਕ ਹੈ ਅਰੈਸਟ ਕਰ ਲਓ ਵੀ ਤੁਸੀਂ ਖਤਰਾ ਆਪਣਾ ਮਿਟੋ ਅਸੀਂ ਕੀ ਕਰ ਸਕਦੇ ਹਾਂ ਕਿਉਂਕਿ ਜੇ ਗੌਰਮੈਂਟ ਨੂੰ ਪਤਾ ਨਹੀਂ ਵੀ ਕੌਣ ਬੰਦੇ ਨੇ ਜੇ ਪਤਾ ਹੁੰਦਿਆਂ ਹੋਇਆ ਵੀ ਇਹੋ ਜਿਹੀਆਂ ਭੈੜੀਆਂ ਧਾਰਾਵਾਂ ਲਾ ਕੇ ਉਹ ਕੇਸ ਦਰਜ ਕਰ ਰਹੇ ਨੇ ਤੇ ਫਿਰ ਉਹਨਾਂ ਦੀ ਮਨਸ਼ਾ ਤਾਂ ਸਾਫ਼ ਦਿਸਦੀ ਹੈ ਅਸੀਂ ਲੇਲੜੀਆਂ ਕੱਢਣ ਜਾਵਾਂਗੇ ਨਾ ਜੀ ਸਾਨੂੰ ਬਚਾਓ ਜੀ ਸਾਨੂੰ ਬਖਸ਼ ਲਓ ਬਿਲਕੁਲ ਨਹੀਂ ਇਹ ਕਹਾਂਗੇ ਠੀਕ ਆ ਵੀ ਤੁਹਾਨੂੰ ਲੱਗਦਾ ਸਾਡੇ ਤੋਂ ਖਤਰਾ ਹੈ ਸਾਨੂੰ ਅੰਦਰ ਕਰੋ ਜੋ ਤੁਸੀਂ ਕਰਨਾ ਕਰ ਲਓ